देखो आज मैं गई थी बठिंडा। ਉੱਥੇ ਇੱਕ ਡਾਇਮੰਡ ਅ ਸੋਸਾਇਟੀ ਸੀ ਜਿਹੜੀ ਕਿ ਸੋਸ਼ਲ ਵਰਕ ਕਰਦੀ ਹੈ ਐਨਜੀਓ। ਉਹਨਾਂ ਨੇ ਇੱਕ ਛੋਟੇ ਸਮੇਲ ਬਹੁਤ ਵੱਡਾ ਰੱਖਿਆ ਹੋਇਆ ਸੀ ਜਿਹਦੇ ਵਿੱਚ ਉਹਨਾਂ ਨੇ ਜੋ ਔਰਤਾ ਵਾਸਤੇ ਸ਼ਕਤੀਕਰਨ ਲਈ ਜੋ ਸਕੀਮਾਂ ਚਲੀਆਂ ਹੋਈਆਂ ਨੇ ਉਹ ਉਹਨਾਂ ਦੀ ਟ੍ਰੇਨਿੰਗ ਕੈਂਪ ਸੀ ਕਰਨਾ। ਤੇ ਉਹਦੇ ਸੰਬੰਧ ਵਿੱਚ ਮੈਨੂੰ ਉਹਨਾਂ ਨੇ ਯਾਦ ਕੀਤਾ ਸੀ ਤੇ ਮੇਰਾ ਖਿਆਲ ਹੈ ਉੱਥੇ 2000 ਦੇ ਕਰੀਬ ਲੜਕੀਆਂ ਸੀ ਨੌਜਵਾਨ। ਬੜਾ ਬੰਦਸਮੀਲਨ ਸੀਗੇ ਤੇ ਮੈਂ ਉੱਥੇ ਪਹੁੰਚ ਕੇ ਦਰਸ਼ਨ ਕਰਕੇ ਆਈ ਹਾਂ ਰਸਤੇ ਵਿੱਚ ਕੁਦਰਤੀ ਕਿਉਂਕਿ ਮੇਰਾ ਸਦਾਨੇਤਾ ਰક્ષਣ ਜੀ ਬਰਾੜ ਸਾਹਿਬ ਦਾ ਸ਼ੁਰੂ ਤੋਂ ਲੈ ਕੇ ਅਸੀਂ ਮੇਰੇ ਖ ਲਗਾਤਾਰ 30 35 ਸਾਲ ਤੋਂ ਅਸੀਂ ਇਕੱਠੇ ਹੀ ਪੰਥ ਦੀ ਸੇਵਾ ਵੀ ਕੀਤੀ ਹੈ ਇਕੱਠੇ ਸਾਡੀ ਸੋਚ ਵਿਚਾਰ ਵੀ ਪੰਥਕ ਤੌਰ ਦੇ ਉੱਤੇ ਸਮਝੋ ਕਿ ਰਲਦੀ ਮਿਲਦੀ ਇੱਕ ਦੂਜੇ ਨਾਲ ਸਾਹ ਸੀ ਤੇ ਇਹ ਮੇਰਾ ਭਰਾਵਾਂ ਕੋ ਸਾਡਾ ਨੱਤਾ ਇਹਨੂੰ ਮੈਂ ਟੈਲੀਫੋਨ ਕੀਤਾ ਕਿ ਅਸੀਂ ਮੋਗੇ ਚ ਲੰਘਣਾ ਹੈ ਤੁਸੀਂ ਕਿੱਥੇ ਹੋ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਮੈਂ ਕਿਹਾ ਫੇਰ ਤੇ ਮੈਨੂੰ ਜਰੂਰ ਆਉਣਾ ਪੈਣਾ ਕਿਉਂਕਿ ਸਿਹਤ ਦਾ ਖਬਰ ਲੈਣਾ ਆਵਾਂਗੀ ਸੋ ਮੈਂ ਤੇ ਖਬਰ ਲੈਣ ਵਾਸਤੇ ਆਈ ਸੀਗੀ ਇਹਨਾਂ ਦਾ ਮਾਣ ਹੈ ਮੇਰੇ ਮਨ 'ਚ ਸਤਿਕਾਰ ਔਰ ਇਹ ਵੀ ਬਹੁਤ ਸਤਿਕਾਰ ਕਰਦੇ ਅਸੀਂ ਭੈਣ ਭਰਾਵੇਂ ਇੱਕ ਤਰ੍ਹਾਂ ਇੱਕ ਦੋ ਵਰਤਦੇ ਆਂ ਤੇ ਮੈਂ ਫੇਰ ਰੁਕ ਗਈ ਜਿਹਦੀ ਅਪਾਹ ਕੱਲ ਗੱਲ ਕਰੀਏ ਜੋ ਸਿਆਸਤ ਚੱਲ ਰਹੀ ਹੈ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਬ੍ਰਿਜੇਤਰੀ ਕਲਾ ਹਰਪੀਰ ਸਿੰਘ ਨੂੰ ਪਾਸੇ ਕੀਤਾ ਇਹਦੇ ਤੋਂ ਲੱਗਦਾ ਕੋਈ ਕ੍ਰਿਟੀਕਲ ਪ੍ਰੈਸ਼ਰ ਜਾਂ ਕੁਝ ਨਾ ਸਮਝਦੇ ਦੇਖੋ ਕੁਝ ਗੱਲਾਂ ਤੇ ਐਸੀਆਂ ਹੋ ਹੀ ਜਾਂਦੀਆਂ ਪੋਲੀਟੀਕਲੀ ਵੀ ਕੁਝ ਗੱਲਾਂ ਐਸੀਆਂ ਸੀ ਜਿਹੜੀਆਂ ਨਾਮਨਨਯੋਗ ਸੀ ਸਿੰਘ ਸਾਹਿਬ ਦੀਆਂ ਤੇ ਕੁਝ ਗੱਲਾਂ ਐਸੀਆਂ ਸੀ ਜਿਹੜੀਆਂ ਕਿ ਪੋਲੀਟੀਕਲ ਲੀਡਰਸ ਨੂੰ ਨਹੀਂ ਚੰਗੀਆਂ ਲੱਗੀਆਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਉਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਆਂ ਵੈਸੇ ਤੇ ਸ਼੍ਰੋਮਣੀ ਕੁੱਧੜਾ ਪਰੰਧਕ ਕਮੇਟੀ ਸਮਰੱਥ ਐ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਕੋਈ ਗੱਲ ਹੋਵੇ ਤੇ ਚੇਂਜ ਕਰ ਸਕਦੇ ਆਂ ਪਰ ਗੱਲ ਇਹ ਹੈਗੀ ਐ ਕਿ ਜਿਸ ਢੰਗ ਦੇ ਨਾਲ ਔਰ ਜਿਸ ਦਾ ਲੁਕਸ਼ਪਕੇ ਜਿਹੜੀ ਗੱਲ ਕੀਤੀ ਗਈ ਹੈ ਉਹ ਥੋੜਾ ਜਿਹਾ ਸੰਗਤਾਨੇ ਮਹਿਸੂਸ ਕੀਤਾ ਤੇ politically ਲੈ ਲੋ ਜਾਂ ਉਹਨਾਂ ਦੇ ਪ੍ਰਤੀ ਕੋਈ ਜਿਹੜੇ ਉਹਨਾਂ ਨੇ ਕੋਈ ਗੱਲਾਂ ਕੀਤੀਆਂ ਸੀ ਉਹਨੂੰ ਨਹੀਂ ਇੱਕ ਦੂਜੇ ਦੇ ਨਾਲ ਰਲ ਸਕੀ ਜੀ ਵੀ ਤੁਸੀਂ ਵੀ ਪ੍ਰਧਾਨ ਹੋ ਸ਼ਰੋਨੀ ਕਮੇਟੀ ਦੇ ਜਥੇਦਾਰ ਜੀ ਦਾ ਰਾਗਵ ਚੱਡੇ ਦੇ ਵਿਆਹ ਤੇ ਜਾਣਾ ਕਾਫੀ ਜਿਹੜਾ ਲੋਕਾਂ ਨੇ ਟਿੱਪਣੀਆਂ ਵੀ ਕੀਤੀਆਂ ਤੁਸੀਂ ਗੈਸ ਤਰ੍ਹਾਂ ਦੇਖੀਏ ਦੇਖੋ ਗੱਲ ਇਹ ਹੈ ਕਿ ਇੱਕ ਤੇ ਸਮਾਜ ਵੀ ਦੇਖਣਾ ਚਾਹੀਦਾ ਜੇ ਕਿਸੇ ਨੇ ਮਾਨ ਨਾਲ ਕਿਸੇ ਨੂੰ ਯਾਦ ਕੀਤਾ ਤੇ ਚਲੇ ਵੀ ਜਾਓ ਤੇ ਕੋਈ ਬਹੁਤਾ ਇਹਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਟਿੱਪਣੀਆਂ ਤੇ ਦੇਖੋ ਜਦੋਂ ਇੱਕ ਵਿਅਕਤੀ ਸਿਰਫ ਗੱਲ ਕਰਦਾ ਤੇ ਕਈ ਵਿਚਾਰੇ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਉੱਥੇ ਜਾ ਕੇ ਰਗਵ ਚੰਡੇ ਨੇ ਕੀਤਾ ਕੀ ਰਗਵ ਚੰਡੇ ਦੇ ਜਾ ਕੇ ਨੇ ਕੀਤਾ ਕੀ ਇਹ ਤੇ ਮਾਨ ਹੁੰਦਾ ਕਿ ਜੇ ਸਾਡੀ ਏਡੀ ਵੱਡੀ ਸੰਸਥਾ ਨੂੰ ਕੋਈ ਸਤਕਾਰ ਦਿੰਦੇ ਆ ਬੁਲਾਂਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਇੱਕ ਮੁੱਦਾ ਬਣਾਉਣਾ ਚਾਹੀਦਾ ਹੁਣ ਮੈਂ ਇੱਥੇ ਆਈ ਆ ਜੀ ਇੱਥੇ ਮੈਂ ਆਈ ਆ ਉਹ ਲੜਕੀ ਬੀਨੂ ਗੋਇਲ ਲੜਕੀ ਹੈ ਉਹਨੇ ਐਨਜੀਓ ਤਿਆਰ ਕੀਤੀ ਹੋਈ ਹੈ ਉਹਨਾਂ ਨੇ ਇੱਡੇ ਵੱਡੇ ਕੰਮ ਕੀਤੇ ਕਿ ਲੜਕੀਆਂ ਨੂੰ ਬੜੀ ਟ੍ਰੇਨਿੰਗ ਦਿੱਤੀ ਹੋਈ ਹੈ ਬੜੇ ਕਿਰਤਦਾਨ ਜੋੜਿਆ ਹੋਇਆ ਭਾਵੇਂ ਉਹ ਕਟਿੰਗ ਐਂਡ ਟੇਲਰਿੰਗ ਭਾਵੇਂ ਉਹ ਬਿਊਟੀਫਿਕੇਸ਼ਨ ਭਾਵੇਂ ਕੁਝ ਵੀ ਹੈ ਉਹਨਾਂ ਨੇ ਨਵੇਂ-ਨਵੇਂ ਕਢਾਈ ਦੇ ਸਲਾਈ ਦੇ ਉਹ ਸਾਰਾ ਕੁਝ ਕੋਰਸ ਕਰਾ ਰਹੀ ਹੈ ਤੇ ਜੇ ਉਹਨਾਂ ਨੇ ਮੈਨੂੰ ਯਾਦ ਕੀਤਾ ਤੇ ਮੈਂ ਕਹਾਂਗੀ ਕਿ ਮੈਂ ਉੱਥੇ ਨਹੀਂ ਜਾਣਾ ਤੇ ਉਹ ਚੰਗਾ ਨਹੀਂ ਲੱਗਦਾ ਆਪਾਂ ਇੱਕ ਔਰਤ ਦੀ ਸ਼ਕਤੀ ਕਰਨ ਵਾਸਤੇ ਤੁਰੇ ਹਾਂ ਔਰ ਉਹ ਵੀ ਕਹਿੰਦੇ ਸੀ ਕਿ ਤੁਸੀਂ ਆਓਗੇ ਇਹ ਕੁ ਸੁਣਿਆ ਜਾਏਗਾ ਕਿ ਸੱਚਮੁੱਚ ਜੇ ਔਰਤ ਤਰਪੇ ਸ਼ਕਤੀਸ਼ਾਲੀ ਬਣ ਜਾਏ ਤੇ ਸਮਾਜ ਨੂੰ ਇੱਕ ਵੱਡਾ ਸੁਨੇਹਾ ਚਲਿਆ ਜਾਂਦਾ ਸੋ ਜਿਹੋ ਚਰੇ ਵੀ ਗਏ ਨੂੰ ਮੁੱਦਾ ਕੋਈ ਨਹੀਂ ਸੀ ਬਣਾਉਣਾ ਚਾਹੀਦਾ ਅਚਾਨਕ ਇਹ ਗੱਲਾਂ ਜਿਹੜੀਆਂ ਇਹਨੂੰ 네ਗੇਟਿਵ ਵੀ ਨਹੀਂ ਪਤਾ ਲੈਣਾ ਚਾਹੀਦਾ ਬੀਬੀ ਜੀ ਤੁਸੀਂ ਪੰਥਕ ਦੀ ਗੱਲ ਕੀਤੀ ਆ ਅੱਜਕੱਲ ਬਹੁਤ ਜ਼ਿਆਦਾ ਬਾਣੀ ਉੱਤੇ ਵੀ ਬਹੁਤ ਰਾਜਨੀਤੀ ਹੋ ਰਹੀ ਆ ਜਿਹੜਾ ਲਾਈਵ ਚੱਲਦਾ ਉਸ ਤੇ ਵੀ ਬਹੁਤ ਚਰਚਾ ਹੋ ਰਹੀ ਆ ਇਹ ਕਿਉਂ ਇੱਧਰ ਨੂੰ ਲੋਕਾਂ ਦਾ ਧਿਆਨ ਇੱਧਰ ਨੂੰ ਲਝਾਇਆ ਜਾ ਰਿਹਾ ਗੱਲ ਇਹ ਹੈ ਕਿ ਜਨਰਲ ਜਿਹੜਾ ਦਿੱਤਾ ਸੀ ਈਟੀਸੀ ਨੂੰ ਜਦੋਂ ਮੈਂ ਹੀ ਦਿੱਤਾ ਸੀ ਐਗਰੀਮੈਂਟ ਕਰਕੇ ਉਸ ਤੋਂ ਬਾਅਦ ਚਲੋ ਪੀਟੀਸੀ ਕੋਲ ਆ ਗਿਆ ਉਹਨੂੰ ਚਲਦਾ ਹੀ ਆਇਆ ਲਗਾਤਾਰ ਬੜਾ ਪ੍ਰਸਾਰਨ ਕੀਤਾ ਐਵੇਂ ਅਸੀਂ ਝੂਠ ਬੋਲੀਏ ਗੁਰਬਾਣੀ ਦਾ ਪ੍ਰਸਾਰਨ ਉਹਨਾਂ ਨੇ ਘਰ ਘਰ ਪਹੁੰਚਾਇਆ ਵਰਡ ਲੈਵਲ ਦੇ ਉੱਤੇ ਪ੍ਰਸਾਰ ਕੀਤਾ ਔਰ ਲੋਕ ਖੁਸ਼ ਵੀ ਸੀਗੇ ਕੁਦਰਤੀ ਤੌਰ ਦੇ ਉੱਤੇ ਜਦੋਂ ਲੋਕਾਂ ਦੇ ਮਨ 'ਚ ਇਹ ਗੱਲ ਆ ਗਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦਾ ਇਹ ਚੈਨਲ ਹੈ ਜੀ ਸਚਾਈ ਚੜੀ ਹੈ ਉਹ ਲੋਕਾਂ ਦੇ ਮਨ 'ਚ ਜਿੱਥੇ ਇਹਨਾਂ ਨੇ ਪਾਰਟੀ ਲੈਵਲ ਦੇ ਉੱਤੇ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਕੁਝ ਕਰਨਾ ਕਰਕੇ ਭਾਮੀ ਉਹ ਬਿਆਦਵੀ ਦਾ ਕੇਸ ਸੀਗਾ ਭਾਮੀ ਉਹ ਰਾਮ ਰਹੀਮ ਦੇ ਮaaf ਕਰਨ ਦਾ ਕੇਸ ਸੀਗਾ ਉਹਨਾਂ ਗੱਲਾਂ ਨੂੰ ਲੈ ਕੇ ਥੋੜਾ ਜਿਹਾ ਸੰਗਤਾ 'ਚ ਰੋਹ ਤੇ ਹੈਗਾ ਰੋਸ ਵੀ ਹੈ ਗੁੱਸੇ 'ਚ ਵੀ ਇਹ ਲੋਕੀ ਤਾਈਆਂ ਕਰਕੇ ਸਾਡੀ ਦੋ ਵਾਰੀ ਸਰਕਾਰ ਨਹੀਂ ਬਣ ਸਕੀ ਤਾਈਆਂ ਕਰਕੇ ਲੋਕਾਂ ਨੇ ਇਸ ਵਾਰੀ ਸਾਨੂੰ ਬਹੁਤ ਪੁਛਾਰ ਦਿੱਤਾ ਔਰ ਅੱਜ ਤੱਕ ਲੋਕਾਂ ਦੀਆਂ ਰਗਾਂ ਵਿੱਚ ਉਹ ਗੱਲ ਨਿਕਲਦੀ ਨਹੀਂ ਥੱਲੇ ਨਹੀਂ ਜਾਂਦੀ ਸੋ ਅਸੀਂ ਕਈ ਵਾਰੀ ਕਿਉਂਕਿ ਬਹਿ ਬਾਲ ਸਾਹਿਬ ਨੂੰ ਵੀ ਕਿਹਾ ਸੀ ਉਹਨਾਂ ਨੇ ਮੈਂ ਬੇਨਤੀ ਕੀਤੀ ਸੀ ਬਾਲ ਸਾਹਿਬ ਸੰਗਤ ਦੇ ਮਨ 'ਚ ਕੁਝ ਰੋਸ ਹੈ ਸਿੱਖ ਕੌਮ ਜਿਹੜੀ ਹੈ ਥੋੜੀ ਜੀ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਕੁਝ ਗੱਲਾਂ ਨੇ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਅਵੋਇਡ ਕਰ ਲਓ ਜੇ ਤੁਸੀਂ ਕਰ ਸਕਦੇ ਹੋ ਤੇ ਤੁਹਾਡਾ ਇਮੇਜ ਅੱਛਾ ਹੋ ਜਾਏਗਾ ਔਰ ਮੈਂ ਤਾਂ ਇੱਥੋਂ ਤੱਕ ਵੀ ਕਹਤਾ ਸੀ ਵੀ ਪੀਟੀਸੀ ਚੈਨਲ ਜਿਹੜਾ ਹੈ ਇਹ ਇਹਦੀ ਸ਼ਿਕਾਇਤ ਆਈ ਸੀ ਤੇ ਸਿੰਘ ਸਾਹਿਬ ਨੇ ਕਹਿ ਦਿੱਤਾ ਸੀ ਆਦੇਸ਼ ਜਾਰੀ ਕਰ ਦਿੱਤਾ ਵੀ ਇਹਨੂੰ ਬੰਦ ਕਰ ਦਿਓ ਤੇ ਅਸੀਂ ਉਸ ਵੇਲੇ ਪ੍ਰਧਾਨ ਜੀ ਨੇ ਐਲਾਨ ਕੀਤਾ ਕਿ YouTube ਚੈਨਲ ਸਾਡਾ ਚੱਲਦਾ ਹੀ ਅਸੀਂ ਚਲਾ ਦਾਂਗੇ ਉਹਦੇ ਉੱਤੇ ਗੁਰਬਾਣੀ ਤੁਸੀਂ ਆਪ ਕਹਿ ਦਿਓ ਇੱਥੋਂ ਤੱਕ ਵੀ ਮੈਂ ਤੇ ਉਹਨੂੰ ਬੇਨਤੀ ਕਰ ਦਿੱਤੀ ਕਿ ਤੁਸੀਂ ਸਿਰਕ ਕਹੋ ਲੋਕਾਂ ਦੀ ਗੁੱਡਵਿਲ ਲਓ ਕਿ ਤੁਸੀਂ ਕਹੋ ਜੀ ਜਿਹੜਾ ਉੱਥੇ ਸਾਜੋ ਸਮਾਨ ਹੈ ਕੈਮਰੇ ਹੈ ਮੈਂ ਚੱਕੜੇ ਨਹੀਂ ਗੁਰਦ ਆਮਦਸਤ ਦੇ ਖਰਚੋਂ ਇਸੇ ਤਰ੍ਹਾਂ ਮੈਂ ਡੋਨੇਟ ਕਰ ਦਾਂਗਾ ਐਸਜੀਪੀਸੀ ਇਹਨੂੰ ਆਪਰੇਟ ਕਰ ਲਵੇ ਮੈਨੂੰ ਕੋਈ ਤਕਲੀਫ ਨਹੀਂ ਪਰ ਇਹ ਮੈਂ ਆਦੇਸ਼ਾਂ ਦੇ ਪਾਲਣ ਵਾਸਤੇ ਗਿਆ ਸੀ ਸਿੰਘ ਸਾਹਿਬ ਦੇ ਆਦੇਸ਼ ਉਹਨਾਂ ਨੇ ਇਸ ਕੱਲ ਤਾਂ ਸ਼ਾਇਦ ਗੁੱਸਾ ਕੀਤਾ ਕਿ ਸੁਝਾਅ ਦੇ ਮੇਰੇ ਤਾਂ ਸੀ ਚੰਗਾ ਉਹਨਾਂ ਦੇ ਭਲੇ ਵਾਸਤੇ ਹੁਣ ਉਹ ਵੀ ਤੇ ਹੈ ਨਾ ਕਿ ਜਿਹੜਾ ਅੱਜ ਰੌਲਾ ਪੈ ਗਿਆ ਜਦੋਂ ਕਿ ਮੈਂ ਨਹੀਂ ਕਹਿੰਦੀ ਮੁੱਖ ਮੰਤਰੀ ਨੇ ਠੀਕ ਕੀਤਾ ਮੁੱਖ ਮੰਤਰੀ ਦਾ ਫੈਸਲਾ ਗਲਤ ਹੈ ਐਕਟ ਵਿੱਚ ਉਹ ਕਦੀ ਦਖਲਦਾ ਜਿੰਨੀ ਕਰ ਸਕਦੇ ਸੈਂਟਰ ਵੀ ਨਹੀਂ ਕਰ ਸਕਦਾ ਕੋਈ ਸਰਕਾਰ ਨਹੀਂ ਕਰ ਸਕਦੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜੋ ਪਾਸ ਕਰਕੇ ਆਏਗੀ ਐਕਟ ਵਿੱਚ ਉਹਦੀ ਉਹ ਤਰਮੀਮ ਹੋ ਸਕਦੀ ਹੈ ਉਹਦੇ ਤੇ ਚੇਂਜ ਹੋ ਸਕਦਾ ਕੁਝ ਐਡੀਸ਼ਨ ਹੋ ਸਕਦੀ ਹੈ ਕੋਈ ਚੇਂਜ ਹੋ ਸਕਦਾ ਪਰ ਗੱਲ ਇਹ ਹੈ ਕਿ ਇਹ ਰੌਲਾ ਕਿਉਂ ਪੈ ਗਿਆ ਰੋਲਾ ਪੈ ਗਿਆ ਕਿ ਅਸੀਂ ਵੀ ਥੋੜੀ ਜਿੱਦ ਕਰ ਬੈਠੇ ਪ੍ਰਧਾਨ ਨੇ ਫਿਰ ਫੈਸਲਾ ਕਰ ਦਿੱਤਾ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿ ਅਸੀਂ ਟੈਂਡਰ ਕਾਲ ਕਰਾਂਗੇ ਅਸੀਂ ਬੜਾ ਕਿਹਾ ਕਿ ਤੁਸੀਂ ਕਿਉਂ ਕਹਿੰਦੇ ਹੋ ਟੈਂਡਰ ਕਾਲ ਕਰਾਂਗੇ ਸਿੱਧਾ ਕਹੋ ਕਿ ਜੋ ਤੁਸੀਂ ਕਹੇ ਸੀ YouTube ਚੈਨਲ ਚਲਾ ਦਾਂਗੇ ਚਲਾ ਦਿਓ ਬਾਅਦ ਵਿੱਚ ਦੂਜਾ ਚੈਨਲ ਚੱਲਦਾ ਰਹੇਗਾ ਆਪੇ ਹੌਲੀ-ਹੌਲੀ ਠੀਕ ਹੋ ਜਾਏਗਾ ਤੇ ਜਿਹੜੇ ਬਾਕੀ ਚੈਨਲ ਨੇ ਜਿਹੜਾ ਲੈਣਾ ਚਾਵੇ ਤੁਸੀਂ ਆਪਣੀ ਸ਼ਰਤਾਂ ਲੈ ਕੇ ਅਨਾਉਂਸ ਕਰ ਦਿਓ ਕਿ ਜਿਹੜੇ ਚੈਨਲ ਨੇ ਇਥੋਂ ਬਾਰੀ ਦੇ ਪ੍ਰਸਾਰਣ ਦੀ ਕੋਈ ਲਿੰਕ ਲੈਣਾ ਆ ਸਾਡੀਆਂ ਸ਼ਰਤਾਂ ਨੇ ਤੇ ਉਹ ਲੈ ਸਕਦਾ ਕਿਲਾ ਸਕਦੇ ਹੋ ਕਿ ਸਾਨੂੰ ਕੀ ਤਕਲੀਫ ਹੈ ਪਰ ਅਫਸੋਸ ਹੈ ਕਿ ਜਦੋਂ ਬਾਰ ਬਾਰ ਇਹ ਕਹੀ ਜਾਂਦੇ ਸੀ ਨਾ ਵੀ ਇਸ ਟੈਂਡਰ ਕਰਾਂਗੇ ਟੈਂਡਰ ਕਰਾਂਗੇ ਉਹ ਲੋਕਾਂ ਨੇ ਸੋਚਿਆ ਵੀ ਟੈਂਡਰ ਕਰਕੇ ਬਾਕੀ ਕਿਸੇ ਵੀ ਚੈਨਲ ਨੇ ਪੰਜਾਬੀ ਚੈਨਲ ਨੇ ਅਜੇ ਤੱਕ ਕੰਪੀਟ ਨਹੀਂ ਕਰ ਸਕਣਾ ਇਹਨਾਂ ਨੇ ਜਾਣ ਕੇ ਇਹਨਾਂ ਨੂੰ ਦੇਣਾ ਉਹ ਗੱਲਾਂ ਜਿਹੜਾ ਉਹਨੇ ਸਿਆਸਤ ਖੇਡੀ ਹੈ ਜਿਹੜਾ ਮੁੱਖ ਮੰਤਰੀ ਹੈ ਉਹਨੇ ਸਿਆਸਤ ਖੇਡੀ ਹੈ ਉਹਨੂੰ ਕੋਈ ਮਤਲਬ ਨਹੀਂ ਕਿਸੇ ਗੱਲ ਦੇ ਨਾਲ ਉਹਨੇ ਤੇ ਇਹ ਸੋਚਿਆ ਕਿ ਇਹ ਇਸ ਵੇਲੇ ਜਿਹੜਾ ਮੁੱਦਾ ਗਰਮ ਹੋਇਆ ਇਹਨੂੰ ਮੈਂ ਚੱਕ ਲਵਾਂ ਲੋਕਾਂ ਦੇ ਮਨ ਚ ਆਏਗਾ ਲਓ ਜੀ ਭਗਵੰਤ ਮਾਨ ਕਰਾਂ ਤੱਕ ਨਹੀਂ ਬੰਦ ਉਹਨੇ ਸਿਆਸੀ ਲਾਹ ਲੈਂਦੀ ਕੀਤਾ ਪਰ ਮੈਂ ਇਹਨੂੰ ਨਹੀਂ ਚੰਗਾ ਸਮਝੀ ਦੀ ਸਿਆਸੀ ਤੁਸੀਂ ਲੜਾਈ ਲੜਨੀ ਹੈ ਬਾਦਲਾਂ ਦੇ ਨਾਲ ਜਾਂ ਅਕਾਲੀ ਦਲ ਦੇ ਨਾਲ ਬਾਹਰ ਲੜੋ ਸਿਆਸਤ ਨੂੰ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਵਿੱਚ ਨਹੀਂ ਹਾਵੀ ਹੋਣ ਦੇਣਾ ਚਾਹੀਦਾ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਸਰਕਾਰ ਕਦੀ ਦਖਲਅੰਦਾਜ਼ੀ ਕਰੇਗੀ ਤੇ ਕਦੀ ਪੰਥ ਇਸ ਨੂੰ ਮਨਜ਼ੂਰ ਨਹੀਂ ਕਰੇਗਾ ਜੀ ਇਸ ਕੋਈ ਬਾਰੇ ਸਾਹਿਬ ਮਾਫੀ ਮੰਗੀ ਹੈ ਜਿਹੜੇ ਪਾਰਟੀ ਛੱਡ ਕੇ ਗਏ ਨੇ ਉਹ ਵਾਪਸ ਆ ਜਾਓ ਦੁਬਾਰਾ ਤੁਹਾਡਾ ਕੀ ਵਿਚਾਰਾ ਉਹਦੇ ਤੇ ਮੈਂ ਤਾਂ ਛੱਡ ਕੇ ਨਹੀਂ ਗਈ ਸੀ ਮੈਂ ਤਾਂ ਕੱਢ ਦਿੱਤਾ ਗਿਆ ਪਰ ਬੀਬੀ ਇਸ ਕਰਕੇ ਮੇਰਾ ਵਿਚਾਰ ਕੀ ਦਿਮਾਗ ਤੁਸੀਂ ਨਵੀਂ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਆ ਨਹੀਂ ਮੈਂ ਤਾਂ ਬਣਾਈ ਹੈ ਜੀ ਸ਼੍ਰੋਮਣੀ ਅਕਾਲੀ ਪੰਥ ਬਣਾਇਆ ਬੀਬੀ ਜੀ ਪਾਗਾਂ ਛੱਡੀ ਨਹੀਂ ਫਿਰ ਬਹੁਤ ਵਧੀਆ ਜੀ ਸੰਗਤ ਖੁਸ਼ ਹੈ ਕਿ ਜਿਹੜਾ ਐਸਪੀਸੀ ਦੀ ਚੋਣ ਹੈ ਸਾਨੂੰ ਇਸ ਰਾਈਟ ਲੜਨੀ ਚਾਹੀਦੀ ਹੈ ਕਿਉਂਕਿ ਕੋਈ ਵੀ ਪਾਰਟੀ ਜਿਹੜੀ ਸਿਆਸੀ ਹੋਏਗੀ ਜਦੋਂ ਉਹ ਸਿਆਸੀ ਪਾਰਟੀ ਚੋਣ ਲੜੇਗੀ ਨੇਚਰਲ ਹੈ ਕਿ ਸਿਆਸੀ ਪਾਰਟੀ ਦਾ ਦਬਦਬਾ ਉੱਥੇ ਰਹੇਗਾ ਪਾ ਮੇ ਉਹ ਕਿਸੇ ਨਹੀਂ ਪਾਰਟੀ ਹੋਵੇ ਸੋ ਸਿਆਸੀ ਪਾਰਟੀ ਜੋ ਚੋਣ ਲੜਾਏਗੀ ਤੇ ਉਹ ਉਹਨਾਂ ਲੋਕਾਂ ਨੂੰ ਦੇएगी ਟਿਕਟਾਂ ਜਿਸ ਰਾਗੇ ਦਿੱਤਾ ਸੀ ਜਿਹਨੂੰ ਐਮਐਲਏ ਟਿਕਟ ਨਹੀਂ ਦੇ ਸਕਦੇ ਜਿਹਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਨਹੀਂ ਦੇ ਸਕਦੇ ਜਿਹੜਾ ਵਰਕਰ ਉਹਨਾਂ ਦੀ ਗੱਡੀਆਂ 'ਚ ਮੰਤਰੀਆਂ ਦੇ ਬੈਠਾ ਰਹੇ ਉਹਨਾਂ ਨੂੰ ਦੇएगी ਨਾ ਤੇ ਉਹ ਫਿਰ ਜਾ ਕੇ ਕਰਨਗੇ ਫਿਰ ਨੈਚੁਰਲੀ ਹੈ ਕਿ ਉਹਨਾਂ ਦਾ ਜੋਰ ਜਿਹੜਾ ਉੱਥੇ ਰਹੇਗਾ ਸੋ ਕੌਮ ਚਾਹਦੀ ਹੈ ਕਿ ਸ਼ਾਸ ਜਿਹੜੀ ਹੈ ਉਹ ਦਖਲੰਦਾ ਜੀ ਨਾ ਕਰੇ ਭਾਰੀ ਨਾ ਪਵੇ ਧਰਮ ਉੱਪਰ ਰਹੇ ਕੁੰਡਾ ਉਹਦਾ ਰਾਜਨੀਤੀ ਤੇ ਰਹਿਣਾ ਚਾਹੀਦਾ ਅਸੀਂ ਨਹੀਂ ਕਹਿੰਨੇ ਰਾਜਨੀਤੀ ਜਿਹੜੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਕਰਨੀ ਚਾਹੀਦੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਿਆ ਸੀ ਨਾ ਜੀ ਇਹ ਸਿਕਿਉਰਿਟੀ ਟਾਸਕ ਫੋਰਸ ਬਣਾਈ ਸੀ ਉਸ ਵੇਲੇ ਮੁੱਖ ਇਹਦਾ ਮੰਤਵ ਇਹ ਸੀਗਾ ਕਿ ਇਹਨੇ ਧਰਮ ਦੇ ਪ੍ਰਚਾਰ ਨੂੰ ਸ਼੍ਰੋਮਣੀ ਕਮੇਟੀ ਦੇ ਅਨੁਸਾਰ ਬਾਹਰ ਸੰਗਤਾਂ ਵਿੱਚ ਵੰਡਣਾ ਕਰਨਾ ਅਮਰਿਸ਼ ਸੰਚਾਰ ਦੇ ਨਾਲ ਉਹਨਾਂ ਦਾ ਸਾਥ ਦੇਣਾ ਜਾਤਾ ਪਾਤਾ ਦੇ ਭੇਦਭਾਵ ਖਤਮ ਕਰਨੇ ਉੱਚ ਨੀਚ ਦਾ ਭੇਦਭਾਵ ਖਤਮ ਕਰ ਕਰਕੇ ਸ਼ੋਮਣੀ ਕਮੇਟੀ ਦਾ ਸਨੇਹਾਕਰ ਕਰ ਦੇਣਾ ਤੇ ਜਿੱਥੇ ਕੌਮ ਤੇ ਪੀੜ ਬਣ ਜੇ ਜਿੱਥੇ ਵੀ ਕੋਈ ਜ਼ੁਲਮ ਹੋਵੇ ਜਿੱਥੇ ਬੇਇਨਸਾਫੀ ਹੋਵੇ ਉੱਥੇ ਸ਼ੋਮਣੀ ਅਕਾਲੀ ਦਲ ਦੇ ਜੂਝਾਰੂ ਵੀਰਾਂ ਨੇ ਡਟ ਕੇ ਸੰਘਰਸ਼ ਕਰਨਾ ਇਲੈਕਸ਼ਨ ਹੋਣ ਲੱਗੇ ਕਿ ਹਮ ਪਲਾਨਿੰਗ ਕੀਤੀ ਜਾ ਰਹੀ ਹੈ ਸ਼ੋਮਣੀ ਕਮੇਟੀ ਦੇ ਇਲੈਕਸ਼ਨ ਦੇਖੋ ਸਰਕਾਰ ਨੂੰ ਚਾਹੀਦਾ ਕਿ ਇਲੈਕਸ਼ਨ ਜਿਹੜੀ ਹੈ ਉਹ ਕਰਾਏ ਬੜਾ ਅਫਸੋਸ ਹੈ ਜੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੋਈ ਅੜਚਣਾ ਹੀ ਪਾਈ ਰੱਖੀ ਹੈ ਕਿ ਚੋਣ ਨਹੀਂ ਹੋਣ ਦਿੱਤੀ ਸ਼ਾਇਦ ਸਾਡੇ ਲੀਡਰ ਚਾਹੁੰਦੇ ਨਹੀਂ ਸੀ ਕਿ ਚੋਣ ਹੋਵੇ ਤੇ ਉਧਰੋਂ ਜਿਹੜੀ ਸਰਕਾਰ ਸੈਂਟਰ ਦੀ ਹੈ ਉਹ ਵੀ ਹੁਣ ਕਿਹਾ ਤੇ ਹੈ ਉਹਨਾਂ ਨੇ ਕਿ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰੋ ਲੇਕਿਨ ਸਰੋਂ ਸਾਹਿਬ ਦੀ ਚਿੱਠੀ ਆਈ ਹੈ ਡੀਸੀਆਂ ਨੂੰ ਹੁਣ ਮੁੱਖ ਮੰਤਰੀ ਨੂੰ ਚਾਹੀਦਾ ਕਿ ਤੁਰੰਤ ਇਹਨੂੰ ਇੰਪਲੀਮੈਂਟ ਕਰੇ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰੇ ਜੋ ਵੋਟਾਂ ਦੀਆਂ ਸ਼ਰਤਾਂ ਹਨ ਕਿ ਹਰ ਸਿੱਖ ਜਿਹੜਾ ਕਿ ਸਿੱਖੀ ਸਰੂਪ ਚ ਹੋਵੇ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦਾ ਹੋਵੇ ਸ਼ਬਦ ਗੁਰੂ ਨਮਨਣ ਵਾਲਾ ਹੋਵੇ ਉਹ ਵੋਟ ਪਾ ਸਕਦਾ ਔਰ ਜਿਹੜਾ ਅਮਰਤ ਧਾਰੀ ਹੋਵੇ ਸ਼ਬਦ ਗੁਰੂ ਨਾਲ ਜੁੜਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਧਾਰਮਿਕ ਤੌਰ ਤੇ ਆਪਣੇ ਸਿੱਖ ਧਰਮ ਨੂੰ ਵਿਸ਼ਵਾਸ ਵਿੱਚ ਰੱਖ ਕੇ ਉਹ ਚੋਣ ਲੜ ਸਕਦਾ ਨਹੀਂ ਤਰਸ ਸਿੰਘ ਜੀ ਅੱਜ ਮੈਂ ਦੁਆਰਾ ਫਿਰ ਉਸੇ ਪੁਆਇੰਟ ਤੇ ਆ ਰਿਹਾ ਹਾਂ ਕਿ ਕਮੇਟੀ ਦੇ ਬਰਤੋਖਾ ਜੀ ਦੇ ਜਿਹੜੇ ਸਟੇਟਮੈਂਟ ਆ ਰਹੀ ਹੈ ਜਾਂ ਪੋਸਟਾਂ ਪਾਈਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਕੋਈ ਕਿਵੇਂ ਦੇ ਕੋਈ ਨਹੀਂ ਜੀ ਆਪਣੇ ਆਪਣੇ ਵਿਚਾਰ ਹੈ ਮੈਂ ਉਹਦੇ ਬਾਰੇ ਕੀ ਕਹਿ ਸਕਦੀ ਹਾਂ ਬੀਜੇਪੀ ਦੇ ਵਿੱਚ ਲਿੰਕ ਰੱਖਦੇ ਅੱਜ ਦੀ ਮੁਲਾਕਾਤ ਨੂੰ ਆਪਾਂ ਜੋੜ ਸਕਦੇ ਇਹਨਾਂ ਨਾਲ ਦੇਖੋ ਪਾਰਟੀ ਕਿਹੜੀ ਹੈ ਸਾਡੇ ਸੋਸ਼ਲ ਇੱਕ ਦੂਜੇ ਨਾਲ ਸੰਬੰਧ ਹੈ ਸਾਡਾ ਸਤਕਾਰ ਹੈ ਹਰ ਸਿੱਖ ਦੇ ਅੰਦਰ ਪੰਥ ਦਾ ਦਰਦ ਹੈ ਹਰ ਸਿੱਖ ਦੇ ਅੰਦਰ ਪੰਥਕ ਸੋਚ ਹੈ ਹਰ ਸਿੱਖ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤਕੜੀ ਹੋਵੇ ਔਰ ਉੱਥੇ ਆਜ਼ਾਦਾਨਾ ਟੰਗ ਦੇ ਨਾਲ ਖੁਦ ਮੁਖਤਿਆਰ ਹੋ ਕੇ ਉਹ ਸੇਵਾ ਕਰ ਸਕੇ ਮੈਂ ਤੇ ਇੱਥੇ ਭਾਵਿਆਂ ਨੂੰ ਇਹ ਖਬਰ ਲੈਣ ਵਾਸਤੇ ਆਈ ਆਂ ਔਰ ਮੈਂ ਸੋਚਦੀ ਹਾਂ ਕਿ ਜਿੰਨਾ ਦਰਦ ਇਹਨਾਂ ਦੇ ਮਨ ਵਿੱਚ ਵੀ ਹੈ ਨਾ ਜੇ ਪੰਥ ਦਾ ਸ਼ੁਰੂ ਤੋਂ ਲੈ ਕੇ ਕੁਦਰਤੀ ਹੈ ਜਦੋਂ ਦੋ ਪੰਥਕ ਤੌਰ ਦੇ ਉੱਤੇ ਰਹੇ ਆਗੂ ਹੋਣਗੇ ਸੇਵਾਦਾਰ ਹੋਣਗੇ ਤੇ ਉਹ ਨੇਚਰਲੀ ਇਹੋ ਜਿਹੇ ਵਿਚਾਰਾ ਚੱਲ ਹੀ ਪੈਂਦੀ ਹੈ ਜੇ ਬੀਜੇਪੀ ਤੁਹਾਨੂੰ ਬੁਲਾਵੇ ਜੀ ਤੁਸੀਂ ਉਸ ਪਾਰਟੀ 'ਚ ਜਾਓਗੇ ਜਾਂ ਇਕਾਲੀ ਦਾ ਵਿੱਚ ਵਾਪਸ ਜਾਓਗੇ ਮੈਂ ਕਿਸੇ ਪਾਰਟੀ 'ਚ ਨਹੀਂ ਜਾਵਾਂਗੀ ਜੀ ਬੀਬੀ ਜਲੰਧਰ ਜਮਨੀ ਚੋਣ ਦੇ ਵਿੱਚ ਭਾਜਪਾ ਨੂੰ ਸਮਰਥਨ ਦਿੱਤਾ ਤੁਸੀਂ ਹੁਣ 2024 ਦੇ ਇਲੈਕਸ਼ਨਾਂ ਚ ਕੀ ਦਾ ਦੇਖਦੇ ਹੋ ਸਮਾਏ ਕੇ ਦੱਸੋ